हाँ जी सत श्री अकाल दोस्तों, मैं ਤੁਹਾਡਾ ਆਪਣਾ ਹਨੀ ਬਿਲਗੇ ਵਾਲਾ। ਸੋ ਅੱਜ ਆਪਾਂ ਕਾਈਟ ਤੇ ਬਲੌਗ ਬਣਾਵਾਂਗੇ। ਅੱਜ ਆਪਣਾ ਫਸਟ ਬਲੌਗ ਆ, ਪਹਿਲਾ ਹੀ ਆਪਾਂ ਬਲੌਗ ਆਪਾਂ ਕਾਈਟ ਤੇ ਕਰਨ ਲੱਗੇ ਸ਼ੁਰੂ। ਸੋ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ, ਨਾਲ ਫਰੈਂਡ ਆਏ ਆਪਣੇ। ਸੋ ਆਪਣਾ ਗਗਨ ਭਰਾ ਆ, ਸੋ ਆਹ ਮੇਰਾ ਛੋਟਾ ਭਰਾ ਆ ਵਿਸ਼ਾਲ। ਸੋ ਆਪਣਾ ਰਿਸ਼ਤੇਦਾਰ ਆ ਇਹ ਭੂਆ ਦਾ ਮੁੰਡਾ। ਹਾਂਜੀ ਭਾਅ ਜੀ, ਕੀ ਹਾਲ ਚਾਲ ਆ? ਠੀਕ ਹੈ ਭਾਅ ਜੀ। ਕਿੱਦਾਂ ਦਾ ਲੱਗ ਰਿਹਾ ਅੱਜ ਆਪਾਂ ਫਸਟ ਬਲੌਗ ਬਣਾ ਰਹੇ ਆ? ਭਾਈ ਬੜਾ ਵਧੀਆ ਲੱਗ ਰਿਹਾ। ਦੇਖੋ ਭਾਅ ਜੀ, ਤੁਹਾਡੇ ਕਰਕੇ ਹੀ ਗਿਆ ਸੀ ਯਾਰ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਆਪਣੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਜ ਪੂਰੀ ਆਪਾਂ ਅੱਤ ਕਰਾਵਾਂਗੇ, ਨਾਲ ਨਾਲ ਗਾਣੇ ਵੀ ਚਲਾਵਾਂਗੇ ਤੇ ਨਾਲ ਨਾਲ ਆਪਾਂ ਪਤੰਗ ਵੀ ਉਡਾਵਾਂਗੇ। ਸੋ ਆਪਣੇ ਕੋਲ ਆ ਗਾਣੇ ਵਾਲਾ ਸਿਸਟਮ ਪਿਆ ਆ, ਠੀਕ ਹੈ। ਸੋ ਹੁਣ ਆਪਾਂ ਪਤੰਗ ਦਿਖਾਉਂਦੇ ਹਾਂ ਤੁਹਾਡੇ ਨੂੰ। ਸੋ ਆਪਣੇ ਪਤੰਗ ਪਏ ਆ, ਉਹ ਡੋਰ ਪਈ ਆ। ਸੋ ਆਪਾਂ ਸ਼ਕਤੀ ਗੱਟੂ ਲਿਆਂਦਾ ਅੱਜ। ਸ਼ਕਤੀ ਗੱਟੂ ਦੇ ਆਪਾਂ ਕਰਨਾ ਆ, ਆਪਾਂ ਐਕਸਪੈਰੀਮੈਂਟ ਕਰਨਾ ਆ। ਸੋ ਮੈਨੂੰ ਉਹਨੇ ਬੰਦੇ ਨੇ ਕਿਹਾ ਸੀ, ਕਹਿੰਦੇ ਵੀ ਸ਼ਕਤੀ ਗੱਟੂ ਬਹੁਤ ਵਧੀਆ ਆ। ਸੋ ਆਪਾਂ ਹੁਣ ਪਤੰਗ ਜਦੋਂ ਚੜਾਵਾਂਗੇ ਫਿਰ ਦੇਖਾਂਗੇ ਆਪਾਂ। ਸੋ ਬਾਕੀ ਅੱਜ ਸਾਰਾ ਆਪਾਂ ਅਪਡੇਟ ਦਿੰਦੇ ਰਹਾਂਗੇ ਤੁਹਾਨੂੰ, ਸਨੈਪਚੈਟ, ਇੰਸਟਾਗ੍ਰਾਮ, ਸੋ ਫੇਸਬੁੱਕ, ਵਟਸਅਪ, ਇਹ ਸਾਰੇ ਚੈੱਕ ਕਰਿਓ ਅੱਜ। ਆਪਣੇ ਸਾਰੇ ਥਾਂ ਸਟੇਟਸ ਪਾਵਾਂਗੇ ਆਪਾਂ। ਸੋ ਉਹਦੇ ਇੱਕ ਮੁੰਡਾ ਚੜਾ ਰਿਹਾ ਪਤੰਗ, ਇਹ ਆਪਣੇ ਨਾਲ ਪਾਰਕ ਬਣ ਰਹੀ ਆ। ਸੋ ਆ ਸਾਰੇ ਭਰਾ ਆ ਆਪਣੇ। ਭਾਜੀ ਆ ਜੀ, ਦੇਖੋ ਇਹ ਸਾਡੇ ਬੜੇ ਵਧੀਆ ਭਾਜੀ ਆ, ਗਗਨ ਭਾਜੀ। ਪਰ ਇਹਨਾਂ ਦਾ ਸੁਭਾਅ ਥੋੜਾ ਜਿਹਾ, ਦੇਖੋ ਮੂੰਹ ਵਾਲ ਕੈਮਰਾ ਮਾਰੋ, ਆ ਦੇਖੋ ਭਾਜੀ, ਇਹ ਮੂੰਹ ਕੱਲ ਹੀ ਬੰਨੇ ਆ ਤੁਸੀਂ? ਭਾਜੀ ਮੂੰਹ ਕੱਲ ਨੂੰ ਬੰਨੇ ਆ, ਅਲਰਜੀ ਦੋ ਭਾਜੀ ਕਹਿੰਦੇ। ਅੱਛਾ ਜੀ। ਸੋ ਇਦਾਂ ਵਧੀਆ ਵਧੀਆ ਵਲੌਗਸ ਲੈ ਕੇ ਆਉਂਦੇ ਰਹਾਂਗੇ, ਤੋ ਬਸ ਤੁਹਾਡੀ ਸਪੋਰਟ ਦੀ ਲੋੜ ਆ। ਬਾਕੀ ਲਾਈਕ, ਸਬਸਕ੍ਰਾਈਬ ਐਂਡ ਜ਼ਰੂਰ ਕਰਿਓ ਚੈਨਲ ਨੂੰ, ਠੀਕ ਹੈ ਜੀ। ਆਪਾਂ ਹੁਣ ਡੇਲੀ ਟੂ ਡੇਲੀ ਆਪਾਂ ਪਾਇਆ ਕਰਾਂਗੇ ਵਲੌਗ। ਸੋ ਮੇਰੇ ਚੈਨਲ ਦਾ ਨਾਮ ਹੈਗਾ ਹਨੀ ਵਲੌਗਰ। ਸੋ ਆਪਾਂ ਹੁਣ ਡੇਲੀ ਡੇਲੀ ਅਪਡੇਟ ਰਿਹਾ ਕਰਾਂਗੇ ਯੂਟਿਊਬ 'ਤੇ ਵੀ। ਸੋ ਫੇਸਬੁੱਕ 'ਤੇ ਤਾਂ ਆਪਾਂ ਰਹਿੰਦੇ ਹੀ ਹਾਂ, ਇੰਸਟਾਗ੍ਰਾਮ 'ਤੇ ਵੀ ਰਹਿੰਦੇ ਹਾਂ ਅਤੇ ਵਟਸਐਪ 'ਤੇ ਵੀ ਰਹਿੰਦੇ ਹਾਂ। ਹੁਣ ਆਪਾਂ ਯੂਟਿਊਬ 'ਤੇ ਵੀ ਅਪਡੇਟ ਰਵਾਂਗੇ। ਸੋ ਬਾਕੀ ਆਪਾਂ ਹੁਣ ਥੋੜ੍ਹੀ ਚਿਰ ਦੀ ਪਤੰਗ ਚੜਾਵਾਂਗੇ, ਹਾਲੇ ਹਵਾ ਨਹੀਂ ਚੱਲ ਰਹੀ। ਸੋ ਕੋਈ ਗੱਲ ਨਹੀਂ। ਸੋ ਅੱਜ ਮੈਂ ਛੁੱਟੀ ਕੀਤੀ ਸੀ ਬੈਂਕ ਤੋਂ, ਮੈਂ ਕਿਹਾ ਚਲੋ ਅੱਜ ਆਪਾਂ ਪਤੰਗ ਚੜਾਉਂਦੇ ਹਾਂ ਬਸੰਤ ਪੰਚਮੀ ਕਰਕੇ। ਆਪਣਾ ਰੋਹਿਤ ਭਰਾ ਆ। ਸੋ ਭਾਅ ਜੀ, ਕੀ ਹਾਲ ਚਾਲ ਆ ਤੁਹਾਡਾ? ਆਪਣਾ ਸਾਬੀ ਭਰਾ ਆ। ਅੱਜ ਆਪਾਂ ਗਾਣੇ ਲਾ ਕੇ ਚੜਾ ਰਿਹਾ ਪਤੰਗ, ਬਹੁਤ ਵਧੀਆ ਲੱਗ ਰਿਹਾ। ਨਾਲ ਆਪਾਂ ਸਮੋਸੇ ਲਿਆਂਦੇ ਆ, ਚੈੱਕ ਕਰੋ ਆਪਣੇ ਭਰਾ ਆ ਸਾਰੇ। ਸੋ ਭਾਅ ਜੀ, ਕਿੱਦਾਂ ਦਾ ਲੱਗ ਰਿਹਾ ਅੱਜ ਤੁਹਾਨੂੰ? ਸਹੀ ਆ ਸਹੀ ਆ ਭਾਅ ਜੀ, ਕੀ ਆ ਚੱਲਣਾ? ਤੁਸੀਂ ਮੂੰਹ ਲਾ ਕੇ ਲਾਉਂਦੇ ਸੀ ਹੋਰ ਨਿਆਰੇ ਆ ਪੂਰੇ। ਭਾਅ ਜੀ ਨਿਆਰੇ ਆ ਪੂਰੇ, ਠੀਕ ਆ, ਲੜਨਾ ਨੀ। ਹੋਰ ਵਧੀਆ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਆਪਾਂ ਅੱਜ ਆਪਣੀ ਆਵਾਜ਼ 'ਚ ਜਿੱਦਾਂ ਗਾਉਂਦੇ ਸੀਗੇ, ਉਹ ਤੁਸੀਂ ਕਿੱਦਾਂ ਗਾਉਂਦੇ ਹੁੰਦੇ ਹੋ? ਕੀ ਭਾਅ ਜੀ, ਜਿਹੜੀ ਆਵਾਜ਼ ਕੱਢਦੇ ਹੁੰਦੇ ਤੁਸੀਂ ਜਿਹੜੀ? ਉਹ ਨਹੀਂ ਭਾਅ ਜੀ, ਉਹ ਮੈਂ ਪਰਸਨਲੀ ਤੁਹਾਨੂੰ ਮੈਂ ਸੁਣਾਊਂਗਾ ਭਾਅ ਜੀ। ਬਾਕੀ ਭਾਅ ਜੀ ਬਾਰੇ, ਭਾਅ ਜੀ ਸਾਡੇ ਜਿਮ ਦੇ ਬੜੇ ਸ਼ੌਕੀਨ ਨੇ, ਬੜੇ ਹਾਸੇ ਮਜ਼ਾਕ ਵਾਲੇ ਨੇ। ਹਾਂਜੀ ਭਾਅ ਜੀ, ਨਾਲ ਨਾਲ ਆਪਣੇ ਨਾਲ ਫਨ ਹੋ ਰਿਹਾ ਆ, ਨਾਲ ਨਾਲ ਆਪਾਂ ਫਨ ਕਰ ਰਹੇ, ਨਾਲ ਨਾਲ ਆਪਾਂ ਪਤੰਗ ਚੜਾ ਰਹੇ ਆ। ਭਰਾ ਸਾਡੇ ਦਾ ਬੜਾ ਸੁਭਾਅ ਵਧੀਆ, ਮੀ ਠੰਡ ਸਾਲਾ ਤੂੰ ਆ। ਆ ਸਾਡਾ ਗਗਨ ਭਰਾ ਹੈ ਉਰਫ ਡੱਪੂ, ਲੱਗਦਾ ਲੈਟ ਚਲੇ ਗਈ ਆ। ਚਲੋ ਕੋਈ ਨੀ ਯਾਰ, ਵੇਲੇ ਸਾਰੇ ਇਕੱਠੇ ਹੋਏ ਆ, ਇੱਕ ਬੰਦਾ ਲਪੇਟ ਰਿਹਾ ਆ ਪਤੰਗ, ਅਸੀਂ ਚੜਾਇਆ ਲਪੇਟ ਹੋ ਰਿਹਾ ਵਿਚਾਰਾ। ਜ਼ਖਮ ਆ ਗਏ, ਜ਼ਖਮ ਆ ਭਾਜੀ, ਉਹਨੇ ਡਾਕਟਰ ਆਪਾਂ ਸਪੈਸ਼ਲ ਸੱਦੇ ਆ ਫਲੋਰ ਤੋਂ। ਗਰਾਊਂਡੇ ਸਿਆਲਾ ਚ ਵੀ ਕੱਚਾ ਪਾ ਕੇ ਜਾਂਦੇ ਆ। ਸਹੀ ਆ ਸਹੀ ਆ। ਚਲੋ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ। ਲਓ ਜੀ, ਹੁਣ ਆਪਣਾ ਇੱਥੋਂ ਹੋ ਗਿਆ ਪ੍ਰੋਗਰਾਮ ਸਮਾਪਤ, ਤੇ ਹੁਣ ਚੱਲੇ ਆਪਾਂ ਸਾਬੀ ਭਰਾ ਦੇ ਘਰ। ਉਹ ਤੇ ਬੰਦਾ ਪਤੰਗ ਇਕੱਠੇ ਕਰ ਰਿਹਾ ਪਿਆ, ਪਤੌੜੇ ਖਲਾਉਣ ਲੱਗਾ ਭਰਾ। ਆਹ ਦੇਖੋ ਬੰਦਿਆਂ ਨੂੰ ਆ ਸਪੀਕਰ ਬਣਾਏ ਆ, ਇਹ ਤੇ ਬੰਦੇ ਦੇ ਚੀਰੇ ਬਹੁਤ ਅੱਜ ਆਏ, ਜ਼ਖਮ ਬਹੁਤ। ਆਪਾਂ ਨਾਲ ਹੀ ਲੈ ਕੇ ਜਾਣਾ ਵਾ ਆਪਣੇ ਡਾਕਟਰ ਸਾਹਿਬ ਆ, ਇਹਦੇ ਪੈਸੇ ਇਕੱਠੇ ਕਰਨੇ ਆ, ਇਹਨੇ ਚੁਗਣੇ ਆ, ਇਹਨੂੰ ਫਫੜਾ ਦੇਣੇ ਕਰਦੇ। ਲਓ ਜੀ, ਹੁਣ ਆਪਾਂ ਰੈਡੀ ਆ, ਹੁਣ ਸਾਬੀ ਭਰਾ ਦੇ ਘਰ ਚੱਲੇ ਆ। ਸੋ ਉੱਥੇ ਜਾ ਕੇ ਹੁਣ ਮਿਲਦੇ ਆ। ਸੋ ਗੁੱਡ ਬਾਏ, ਫਾਈਨਲੀ ਪਹੁੰਚ ਗਿਆ ਹੁਣ ਸਾਬੀ ਭਰਾ ਦੇ ਘਰ। ਸੋ ਹੁਣ ਆਪਾਂ ਇੱਥੇ ਰੌਣਕਾਂ ਲਾਉਂਦੇ ਆ।
ਸੋ ਸਾਬੀ ਭਰਾਵਾਂ ਨੇ ਪਤੰਗ ਚੜਾ ਰਿਆ ਸੋ ਭਾਜੀ ਕਿਦਾਂ ਸਾਬੀ ਭਰਾ ਨੂੰ ਵੀ ਫੋਲੋ ਕਰੋ ਬੜਾ ਗ੍ਰੇਟ ਬੰਦਾ ਹੈ ਥੱਲੇ ਡਿਸਕ੍ਰਿਪਸ਼ਨ ਚ ਇਹਦੀ ਆਈਡੀ ਮੈਂਸ਼ਨ ਕਰ ਦੂੰਗਾ ਕਰਾਂ ਭਰਾ ਤੂੰ ਨਹੀਂ ਕੁਝ ਬੋਲਣਾ ਨਾ ਨਾ ਭਾਜੀ ਤੁਸੀਂ ਮੂੰਹ ਤਾਂ ਖੋਲ ਲਾਉਣਾ ਇਹ ਭਾਈ ਸਾਡੇ ਘਾਟੀ ਬੋਲਦੇ ਗਗਨ ਭਾਜੀ ਬਹੁਤ ਵਧੀਆ ਲੱਗ ਰਿਹਾ ਦੋ ਅਸੀਂ ਬੰਦੇ ਭੇਜਿਆ ਪਕੌੜੇ ਲੈਣ ਸੋ ਆਪਾਂ ਮਿਕਸ ਪਕੌੜੇ ਮੰਗਾਏ ਆ ਤੁਹਾਨੂੰ ਹੁਣ ਅਸੀਂ ਖਾ ਕੇ ਦਿਖਾਲਾਂਗੇ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਐਂਡ ਦੱਸੋ ਵਲੌਗ ਕਿੱਦਾਂ ਦਾ ਬਣ ਗਿਆ ਬਾਕੀ ਸਾਰਿਆਂ ਨਾਲ ਆਪਣਾ ਬਹੁਤ ਪਿਆਰ ਆ ਸੋ ਸਾਰੇ ਆਪਾਂ ਨੂੰ ਸਪੋਰਟ ਕਰਦੇ ਆ ਸੋ ਇੱਦਾਂ ਹੀ ਸਪੋਰਟ ਕਰਦੇ ਰਹੋ ਆਪਾਂ ਹੋਰ ਸਾਬੀ ਭਰਾ ਦੱਸੋ ਕੁਛ ਆਪਣੇ ਬਾਰੇ ਪਤੰਗ ਕਿੱਥੇ ਤੱਕ ਅੱਜ ਵੀ ਕਹਿੰਦੇ ਪਤੰਗ ਕੱਟੂਗਾ ਸਾਬੀ ਭਰਾ